ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ ਹੈ ਜਨਾਬ? ਤੁਸੀਂ ਦੇਖਦੇ ਪਏ ਹੋ ਗੁਲਾਮ ਅਹਿਮਦ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਹਾਜੀ ਗੁਲਾਮ ਅਹਿਮਦ। ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਨਾਲ ਜਨਾਬ ਬੈਲ ਦਾ ਬਟਨ ਉਹਨੂੰ ਕਰ ਲੈਣਾ ਕਲਿੱਕ, ਤਾਂ ਕਿ ਸਾਡੀ ਅੱਛੀ ਤੇ ਬਿਹਤਰੀਨ ਵੀਡੀਓ ਦਾ ਨੋਟੀਫਿਕੇਸ਼ਨ ਮੇਰੇ ਵੀਰਾਂ ਤੇ ਭਰਾਵਾਂ ਤੱਕ ਪਹੁੰਚੇ। ਸਭ ਤੋਂ ਪਹਿਲੇ ਅੱਜ ਜਨਾਬ ਪਹਿਲੇ ਝੋਟੀ ਦੀ ਵੀਡੀਓ ਲੈ ਕੇ ਆਇਆ। ਉਮੀਦ ਕਰਾਂਗਾ ਮੇਰੇ ਭਰਾਵਾਂ ਨੂੰ ਇਨਸ਼ਾਅੱਲਾ ਪਸੰਦ ਆਵੇਗੀ। ਪਸੰਦ ਆਵੇ ਤੇ ਚੈਨਲ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਨਾ। ਬਾਕੀ ਜਨਾਬ ਮੇਰਾ ਕੈਮਰਾਮੈਨ ਤਸੱਲੀ ਕਰਵਾ ਰਿਹਾ ਸ਼ਾਹ ਕਾਲੀ। ਮਾਸ਼ਾਅੱਲਾ ਝੋਟੀ ਲੈਣੇ ਦੇਣੇ ਮੁਕੱਦਰ, ਸੌਦਾ ਨਾਲ ਨਸੀਬਾਂ ਦੇ। ਝੋਟੀ ਦਾ ਖੁੱਡਾ ਪੁੱਠਾ ਟਾਕ ਕੈਮਰੇ ਨਜ਼ਰ ਹੈ। ਇੱਕ ਹੱਡੀ ਹੈ, ਛੋਟੀ ਜਿਹੀ ਵੱਖੀ ਹੈ। ਅੱਗੋਂ ਝੋਟੀ ਬਿਲਕੁਲ ਪਤਲੀ ਹੈ, ਪਿੱਛੋਂ ਝੋਟੀ ਜਨਾਬ ਮੰਜੇ ਜਿੰਨੀ ਚੌੜੀ ਹੈ। ਬਾਕੀ ਇਹਦਾ ਜੋ ਹਿਸਾਬ ਕਿਤਾਬ ਹੈ ਜਨਾਬ, ਸਾਰੀਆਂ ਗੱਲਾਂ ਭਾਈ ਰਾਂ ਕੋਲ ਲੈ ਕੇ ਦੇਵਾਂਗੇ ਮਾਲਕ ਕੋਲ। ਬਾਕੀ ਝੋਟੀ ਇਨਸ਼ਾਅੱਲਾ ਮੇਰਾ ਕੈਮਰਾਮੈਨ ਤਸੱਲੀ ਨਾਲ ਵਿਖਾ ਰਿਹਾ, ਮੇਰੇ ਵੀਰਾਂ ਨੇ ਇਨਸ਼ਾਅੱਲਾ ਆਪਣੀਆਂ ਨਿਗਾਹਾਂ ਨਾਲ ਤਸੱਲੀ ਕਰ ਲੈਣੀ ਹੈ। ਕਤਰੀ ਕਤਰੀ ਸਿੰਗੀ ਬਿਲਕੁਲ ਜਨਾਬ, ਸਫੈਦ ਮੱਥਾ, ਸੋਹਣਾ ਜਨਾਬ ਸ਼ਕਲ ਸੂਰਤ। ਅੱਲਾ ਦੀ ਮਿਹਰਬਾਨੀ ਦੇ ਨਾਲ ਲੈਣੇ ਦੇਣੇ ਮੁਕੱਦਰ, ਸਫ਼ਰ ਕਰਕੇ ਅੱਛੇ ਜਾਨਵਰ ਆਪਣੇ ਚੈਨਲ ਦੀ ਜ਼ੀਨਤ ਹੁੰਦੇ ਨੇ। ਬਾਕੀ ਇਹਦਾ ਜੋ ਹਿਸਾਬ ਕਿਤਾਬ ਹੈ, ਜੋ ਇਹਦਾ ਮਾਮਲਾਤ ਹੈ, ਸਾਰੀਆਂ ਗੱਲਾਂ ਜਨਾਬ ਮਾਲਕ ਤੋਂ ਲੈ ਕੇ ਦੇਵਾਂਗੇ। ਕੈਮਰਾਮੈਨ ਤਸੱਲੀ ਕਰਵਾ ਰਿਹਾ, ਪਿਛਲੇ ਦੋ ਪੈਰ ਧੋਤੇ ਨੇ, ਚਾਰੇ ਪੈਰ ਨੇ ਜਨਾਬ ਇੱਕੋ ਜਿਹਾ, ਤੁੰਨੀ ਕੋਈ ਨਹੀਂ, ਕੌੜੀ ਦਾ ਬਿਲਕੁਲ ਨਿਸ਼ਾਨ ਕੋਈ ਨਹੀਂ। ਬਾਕੀ ਜਨਾਬ ਸੋਹਣਾ ਖਾਣ ਲੱਗਿਆ ਪੂਰੀਆਂ ਬਿਰਲਾਂ ਤੇ, ਤੇ ਬਾਕੀ ਜਨਾਬ ਮੇਰੇ ਕੈਮਰੇ ਨਜ਼ਰ ਹੈ, ਮੇਰੇ ਭਰਾਵਾਂ ਨੇ ਇਨਸ਼ਾਅੱਲਾ ਤਸੱਲੀ ਕਰ ਲੈਣੀ ਹੈ। ਸ਼ਾਹ ਕਾਲੀ ਝੋਟੀ ਹੈ, ਬਿਲਕੁਲ ਬਰੀਕ ਹੈ ਜਿਵੇਂ ਜਨਾਬ ਰੇਸ਼ਮ ਦਾ ਕੱਪੜਾ। ਲੈਣੇ ਦੇਣੇ ਮੁਕੱਦਰ ਕੈਮਰਾਮੈਨ ਸਾਹਿਬ, ਹੈ ਵਿਖਾਇਆ ਜੀ ਜਨਾਬ, ਇਹਨੂੰ ਕਹਿੰਦੇ ਨੇ ਕੱਢੀ ਜਨਾਬ, ਟਾਕਾਂ ਪੁੱਠਾ ਖੁੱਡਾ ਕੈਮਰੇ ਨਜ਼ਰ ਵਿੱਚ ਹੈ, ਬਿਲਕੁਲ ਬਰੀਕ ਹੈ ਜਿਵੇਂ ਰੇਸ਼ਮ ਦਾ ਕੱਪੜਾ ਹੈ। ਬਾਕੀ ਜਨਾਬ ਸ਼ਾਹ ਕਾਲੀ ਹੈ ਝੋਟੀ, ਮਾਸ਼ਾਅੱਲਾ ਲੈਣੇ ਦੇਣੇ ਮੁਕੱਦਰ ਹੁੰਦੇ ਨੇ, ਪੂਰੇ ਥਣ ਜਨਾਬ ਵਿਰਲਾਂ ਤੇ, ਮੁੱਠ ਮੁੱਠ ਦਾ ਥਣ, ਸੋਹਣਾ ਵਾਨਾ ਮਾਸ਼ਾਅੱਲਾ, ਚੰਗਾ ਲਿਬਾਸ ਹੈ ਮਾਸ਼ਾਅੱਲਾ, ਕੈਮਰੇ ਨਜ਼ਰ ਵਿੱਚ ਹੈ। ਤਸੱਲੀ ਨਾਲ ਵਿਖਾਵਾਂਗੇ ਮੇਰੇ ਵੀਰਾਂ ਨੇ ਇਨਸ਼ਾਅੱਲਾ, ਤਸੱਲੀ ਨਾਲ ਵੇਖ ਲੈਣਾ। ਬਾਕੀ ਜਨਾਬ ਝੋਟੀ ਕਿਸੇ ਕਿਸਮ ਦਾ ਇਨਸ਼ਾਅੱਲਾ ਕੋਈ ਸ਼ੱਕ ਨਹੀਂ, ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਹੈ, ਲਾਜਵਾਬ ਹੈ, ਸੋਹਣਾ ਥਾਣ ਹੈ ਮਾਸ਼ਾਅੱਲਾ, ਪੂਰਾ ਵਿਰਲਾਂ ਦੇ ਥਾਣ, ਲੈਣੇ ਦੇਣੇ ਮੁਕੱਦਰ ਹੁੰਦੇ ਨੇ, ਸੌਦਾ ਨਾਲ ਨਸੀਬਾਂ ਦੇ। ਮੇਰਾ ਕੈਮਰਾਮੈਨ ਤਸੱਲੀ ਕਰਵਾ ਰਿਹਾ, ਬਾਕੀ ਮੇਰੇ ਭਰਾਵਾਂ ਨੇ ਇਨਸ਼ਾਅੱਲਾ ਆਪਣੀਆਂ ਨਿਗਾਹਾਂ ਨਾਲ ਵੇਖ ਲੈਣਾ, ਕੱਦ ਚੰਗਾ, ਲਾਮ ਚੰਗੀ ਹੈ। ਬਾਕੀ ਜਨਾਬ ਕਤਰੀ ਕਤਰੀ ਸਿੰਗੀ, ਸਫੈਦ ਮੱਥਾ, ਪਿਛਲੇ ਦੋ ਪੈਰ ਧੋਤੇ ਨੇ, ਥੋੜ੍ਹੀ ਜਿਹੀ ਦੁੰਬ ਸਫੈਦ ਹੈ। ਬਾਕੀ ਇਹਦਾ ਜੋ ਹਿਸਾਬ ਕਿਤਾਬ ਹੈ, ਸਾਰੀਆਂ ਗੱਲਾਂ ਜਨਾਬ ਮਾਲਕ ਤੋਂ ਲੈ ਕੇ ਦੇਵਾਂਗੇ ਜਨਾਬ, ਤਸੱਲੀ ਕਰਵਾਵਾਂਗੇ ਆਪਣੇ ਭਰਾਵਾਂ ਨੂੰ ਇਨਸ਼ਾਅੱਲਾ, ਤਾਂ ਕਿ ਵਿਖਾਉਣ ਵਿੱਚ ਕਿਸੇ ਕਿਸਮ ਦਾ ਜਨਾਬ ਪਰੇਸ਼ਾਨੀ ਨਾ ਹੋਵੇ। ਬਾਕੀ ਚਾਰੇ ਪੈਰ ਨੇ ਮਾਸ਼ਾਅੱਲਾ ਇੱਕੋ ਜਿਹੇ, ਹੋਰ ਮਾਸ਼ਾਅੱਲਾ ਜਿਵੇਂ ਘੋੜਿਆਂ ਦੇ ਸੁੰਭ ਹੁੰਦੇ ਨੇ। ਆਹ ਲਾਲਾ ਜੀ, ਲਾਲਾ ਜੀ ਅਸਲਾਮ ਵਾਲੇਕਮ। ਭਾਈ ਜਾਨ ਥੋੜ੍ਹਾ ਉੱਚੀ ਬੋਲਣਾ ਤਾਂ ਕਿ ਤੁਹਾਡੀ ਆਵਾਜ਼ ਵੀ ਜਿਹੜੀ ਸਾਡੇ ਭਰਾਵਾਂ ਤੱਕ ਜਾ। ਆਪਣਾ ਕੀ ਨਾਮ ਹੈ? ਮੁਹੰਮਦ ਦਰੇਜ਼। ਅੱਛਾ ਭਾਈ, ਕੀ ਦਰੇਜ਼? ਦਰੇਜ਼। ਇਹ ਜਿਹੜੀ ਆਪਣੀ ਝੋਟੀ ਵਿਖਾ ਦਿੱਤੀ ਹੈ ਜੀ, ਸਭ ਤੋਂ ਪਹਿਲੇ ਇਹ ਦੱਸਣਾ ਕਿ ਕਿੰਨਵਾਂ ਵਾਰਾ ਸੂਵੇਗੀ? ਇਹ ਪਹਿਲਨ ਝੋਟੀ ਹੈ, ਸੂਣ ਚ ਕਿੰਨੇ ਕੁ ਦਿਨ ਲੈਂਦੀ ਹੈ? ਸੂਣ ਚ ਲੈਂਦੀ ਜੀ 8-10 ਦਿਨ। ਥੋੜਾ ਉੱਚੀ ਬੋਲ। 8-10 ਦਿਨ। 8-10 ਦਿਨ ਲੈਂਦੀ ਹੈ ਜੀ, ਤੇ ਬਾਕੀ ਜਨਾਬ ਥਣਾਂ ਦੇ ਵਿੱਚ ਕੋਈ ਘਾਟਾ ਵਾਧਾ ਗਿਲਟੀ ਮਰੋੜੀ ਕੋਈ ਵੀ ਨਹੀਂ? ਥਣ ਚਾਰੇ ਚੱਲਦੇ? ਹਾਂਜੀ ਹਾਂਜੀ, ਚੈੱਕ ਕਰ ਲੈਣਾ ਜੀ, ਥੋੜਾ ਠੀਕ ਹੋ ਗਿਆ ਤੇ ਬਾਕੀ ਮਜ਼ੀਦ ਬਣੇ ਦੀ ਇਨਸ਼ਾਅੱਲਾ। ਹਾਂਜੀ ਹਾਂ। ਤੇ ਝੋਟੀ ਹੈ ਨੀਲੀ ਦੀ? ਜੀ ਜੀ ਨੀਲੀ ਦੀ। ਅਸਲ ਨੀਲੀ ਦੀ? ਅਸਲ ਬਿਲਕੁਲ ਬਰੀਕ ਹੈ, ਬਿਲਕੁਲ ਜੀ। ਤਸੱਲੀ ਕਰਵਾਓ ਜਨਾਬ, ਠੀਕ ਹੋ ਗਿਆ ਭਾਈ ਜੀ। ਹੁਣ ਨਾ ਮੁਹੱਬਤ ਪਿਆਰ ਵਾਲੇ ਪੈਸੇ ਡਿਮਾਂਡ ਨਹੀਂ ਕਰਨੀ, ਆਈ ਸਮਝ ਇਹ ਨਾ ਹੋਵੇ ਕਿ ਆਪਾਂ ਆਪਣੇ ਵੀਰਾਂ ਨੂੰ ਜਨਾਬ ਡਰਾ ਦਈਏ। ਮੁਹੱਬਤ ਪਿਆਰ ਵਾਲੇ ਪੈਸੇ ਜਿਹੜੇ ਪੱਕੇ ਜੇ ਜਨਾਬ ਆਪਾਂ ਲੈਣੇ ਨੇ। 2,55,000। 2,55,000? ਇਹਦੇ ਵਿੱਚੋਂ ਕੋਈ ਜਨਾਬ ਮਾੜਾ ਮੋਟਾ ਪਿਆਰ ਮੁਹੱਬਤ ਹੋ ਜਾਏਗਾ? ਹੋ ਜਾਏਗਾ, ਠੀਕ ਹੋ ਗਿਆ। ਲਓ ਜੀ ਕੈਮਰਾਮੈਨ ਸਾਹਿਬ ਤਸੱਲੀ ਕਰਵਾ ਦਿਓ, 2,55,000 ਰੁਪਇਆ ਵਿੱਚ ਜਨਾਬ ਪਿਆਰ ਮੁਹੱਬਤ ਹੋਵੇਗੀ। ਬਾਕੀ ਜਨਾਬ ਅੱਛਾ ਭਾਈ ਜੀ, ਇਹ ਝੋਟੀ ਤਾਂ ਨਸਲੀ ਪੇਰੀ 12-13 ਕਿਲੋ 14 ਦਿੱਤੀ ਰੱਖੀ, ਦੁੱਧ ਦੇ ਰੱਖੀ ਦੀ 12-13-14 ਕਿਲੋ, ਠੀਕ ਹੋ ਗਿਆ।
ਤੇ ਬਾਕੀ ਥਣਾ ਚ ਨਹੀਂ ਕੋਈ ਘਾਟਾ ਵਾਧਾ ਹੋਣਾ ਚਾਹੀਦਾ ਇਨਸ਼ਾਅੱਲਾ ਜੀ ਕਿਸੇ ਕਿਸਮ ਦੇ ਨਹੀਂ ਠੀਕ ਹੋ ਗਿਆ ਬੜੀ ਮਿਹਰਬਾਨੀ ਲਓ ਜਨਾਬ 2,55,000 ਰੁਪਇਆ ਵਿੱਚ ਪਿਆਰ ਮੁਹੱਬਤ ਕਰਾਵਾਂਗੇ ਟੁਰਦੀ ਫਿਰਦੀ ਕੈਮਰੇ ਨਜ਼ਰ ਹੁੰਦੀ ਹੈ ਸ਼ਾਹ ਕਾਲੀ ਚੋਟੀ ਹੈ ਉਮੀਦ ਕਰਾਂਗਾ ਅੱਜ ਦੀ ਵੀਡੀਓ ਮੇਰੇ ਭਰਾਵਾਂ ਨੂੰ ਪਸੰਦ ਆਵੇਗੀ ਆਪਣੇ ਚੈਨਲ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਤੇ ਬਾਕੀ ਜਨਾਬ ਆਪਣਾ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਹੁੰਦਾ 0348-0667-8468 ਮਿਲਾਂਗੇ ਜਨਾਬ ਅਗਲੀ ਵੀਡੀਓ ਦੇ ਨਾਲ ਅੱਲਾ ਨਿਗਹਿਬਾਨ ਪਾਕਿਸਤਾਨ ਜ਼ਿੰਦਾਬਾਦ।